ਦੋਸਤੋ ਇਸ ਵੇਲੇ ਮੈਂ ਜੀਰਾ ਦੇ ਮੇਨ ਚੌਂਕ ਵਿਚ ਖੜਾ ਹੋਇਆ ਵਾ ਤੇ ਮੇਰੇ ਸਾਹਮਣੇ ਜਿਹੜੀ ਤੁਸੀਂ ਤਖ਼ਤੀ ਦੇਖ ਰਹੇ ਹੋ ਪੰਜਾਬੀ ਮਾਂ ਬੋਲੀ ਦੀ ਇਹਨੂੰ ਤੁਸੀਂ ਦੇਖ ਹੀ ਤੁਹਾਨੂੰ ਸਮਝ ਲੱਗ ਗਿਆ ਹੋਣਾ ਕਿਉਂਕਿ ਮੈਂ ਅਜੇ ਤੱਕ ਚਿਹਰਾ ਨਹੀਂ ਉਹ ਸ਼ਖਸ ਦਾ ਦਿਖਾਇਆ ਤੇ ਇਹ ਜਿਹੜੀ ਤਖ਼ਤੀ ਏਦਾਂ ਦੀ ਕੌਣ ਚੁੱਕਦਾ ਹੁੰਦਾ ਤੇ ਹੁਣ ਤੁਸੀਂ ਉਹਨਾਂ ਦੇ ਦਰਸ਼ਨ ਵੀ ਕਰ ਸਕਦੇ ਹੋ ਇਹ ਚੰਡੀਗੜ੍ਹ ਤੋਂ ਸਪੈਸ਼ਲ ਤੌਰ ਤੇ ਸਾਡੇ ਵਿੱਚ ਆਏ ਨੇ ਪੰਡਿਤ ਜੀਰੇ ਦੀ ਧਰਤੀ ਨੂੰ ਭਾਗ ਲਾਏ ਨੇ ਇਹਨਾਂ ਨੇ ਪੰਡਿਤ ਧਨੇਰਵਰ ਜੀ ਮੈਂ ਉਹਨਾਂ ਦਾ ਇੱਥੇ ਜੀ ਆਇਆ ਉਹਨਾਂ ਨੂੰ ਕਹਿੰਦਾ ਵਾ ਅੱਜ ਸਹਿ ਸਭਾ ਜੀਰਾ ਉਹਨਾਂ ਨੂੰ ਸਨਮਾਨਿਤ ਵੀ ਕਰ ਰਹੀ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਇਹ ਦੋਸਤੋ ਦੇਖੋ ਇਹ ਪੰਜਾਬੀ ਇੱਕ ਏਡੇ ਵੱਡੇ ਅਹੁਦੇ ਤੇ ਹੋਣ ਦੇ ਬਾਵਜੂਦ ਵੀ ਜਿਹੜਾ ਇਹ ਉਹਨਾਂ ਨੂੰ ਪੰਜਾਬੀ ਦਾ ਜਿਹੜਾ ਏਡਾ ਵੱਡਾ ਫਿਗਰ ਏ ਮੈਂ ਪੰਡਿਤ ਜੀ ਨਾਲ ਇੱਕ ਮਿੰਟ ਲਈ ਗੱਲਬਾਤ ਵੀ ਕਰਾਂਗਾ ਪੰਡਿਤ ਜੀ ਦੱਸੋ ਇਹ ਜਿਹੜਾ ਤੁਸੀਂ ਫਿਗਰ ਲੈ ਕੇ ਚੱਲੇ ਹੋਏ ਹੋ ਇਹ ਸਾਡਾ ਕੰਮ ਤੇ ਸਾਡੇ ਪੰਜਾਬੀਆਂ ਦਾ ਸੀਗਾ ਤੇ ਤੁਸੀਂ ਜਿਹੜੇ ਬਾਹਰ ਤੋਂ ਆ ਗਏ ਹਾਲਾਂਕਿ ਤੁਸੀਂ ਸਾਡੇ ਪੰਜਾਬ ਦੇ ਹੀ ਹੋ ਸਾਡੇ ਆਪਣੇ ਹੋ ਪਰ ਬਾਹਰੋਂ ਆ ਕੇ ਤੁਸੀਂ ਇਹ ਫਿਗਰ ਨੂੰ ਜ਼ਾਹਰ ਕਰ ਰਹੇ ਹੋ ਸਾਡੇ ਪੰਜਾਬੀਆਂ ਚ ਇਹ ਤੁਹਾਨੂੰ ਏਦਾਂ ਦੀ ਨੌਬਤ ਕਿਉਂ ਪਈ ਜੀ ਬਿਲਕੁਲ ਭਾਵੇਂ ਮੈਂ ਕਰਨਾਟਕ ਤੋਂ ਹਾਂ ਪਰ ਫਿਲਹਾਲ ਮੈਂ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਵਸਦਾ ਹੈ ਰੋਜ਼ ਮੈਂ ਪੰਜਾਬ ਦੀ ਰੋਟੀ ਖਾਦਾ ਹੈ ਰੋਜ਼ ਪੰਜਾਬ ਦੀ ਪਾਣੀ ਪੀਂਦਾ ਹੈ ਇਸ ਲਈ ਪੰਜਾਬੀ ਭਾਸ਼ਾ ਦੀ ਸਤਿਕਾਰ ਕਰਨਾ ਪੰਜਾਬੀ ਲੋਕਾਂ ਦੀ ਪੰਜਾਬੀ ਸੱਭਿਆਚਾਰ ਦੀ ਸਤਿਕਾਰ ਕਰਨਾ ਮੇਰਾ ਧਰਮ ਹੈ ਇਹੀ ਸੱਚਾਈ ਹੈ ਸਰ ਸਾਡੇ ਆ ਪੰਜਾਬੀ ਜਿਹੜੇ ਬੜੇ ਆਪਣੇ ਆਪ ਨੂੰ ਬੜੇ ਕਹਿੰਦੇ ਅਸੀਂ ਸ਼ੇਰਾਂ ਦੀ ਕੌਮ ਆ ਜਾਂ ਅਸੀਂ ਬੜੇ ਜਾਗਰਿਕ ਲੋਕ ਆ ਇਹਨਾਂ ਨੂੰ ਕੋਈ ਸੁਨੇਹਾ ਦਿਓਗੇ ਜਿਨ੍ਹਾਂ ਨੇ ਆਪਣੇ ਘਰਾਂ ਦੇ ਬਾਹਰ ਪਲੇਟਾਂ ਵੀ ਇੰਗਲਿਸ਼ ਚ ਲਾਈਆਂ ਨੇ ਤੇ ਜਦੋਂ ਵਿਆਹ ਕਰਦੇ ਆ ਮੁੰਡੇ ਕੁੜੀਆਂ ਦੇ ਉਦੋਂ ਕਾਰਡ ਵੀ ਅੰਗਰੇਜ਼ੀ ਚ ਛਪਾਉਂਦੇ ਆ ਇਹਨਾਂ ਨੂੰ ਕੋਈ ਮੈਸੇਜ ਦਿਓ ਜੀ ਬਿਲਕੁਲ ਮੈਂ ਬਹੁਤ ਹੀ ਨਿਮਰਤ ਨਾਲ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਸੱਭਿਆਚਾਰ ਨੂੰ ਸਤਿਕਾਰ ਕਰਨ ਦੀ ਲੋੜ ਹੈ ਇਹ 35 ਅੱਖਰ ਇਹ ਮਾਮੂਲੀ ਅੱਖਰ ਨਹੀਂ ਹੈ ਇਹ 35 ਅੱਖਰ ਦੇ ਵਿੱਚ ਵਿਰਾਸਤ ਹੈ ਸੱਭਿਆਚਾਰ ਹੈ ਇਸ ਨੂੰ ਸਨਮਾਨ ਕਰੋ ਘਰ ਦੇ ਸਾਹਮਣੇ ਪੰਜਾਬੀ ਵਿੱਚ ਨਾਮ ਲਿਖੋ ਅਖਬਾਰ ਲਿਓ ਪੰਜਾਬੀ ਮੈਗਜ਼ੀਨ ਕਿਤਾਬ ਪੜ੍ਹੋ ਸੂਫੀ ਵਰਗੇ ਕਿਤਾਬ ਪੜ੍ਹ ਕੇ ਪੜ੍ਹਨ ਦੀ ਲੋੜ ਹੈ ਗੁਰਭਜਨ ਸਿੰਘ ਸਾਹਿਬ ਦੀ ਕਿਤਾਬ ਪੜ੍ਹਨ ਦੀ ਲੋੜ ਹੈ ਹਰ ਥਾਂ ਤੇ ਕਿਰਪਾਲ ਕੌਰ ਹੈ ਇੱਥੇ ਬਹੁਤ ਮਸ਼ਹੂਰ ਲੇਖਕ ਹੈ ਇਹਨਾਂ ਦੀ ਲੇਖਣ ਪੜ੍ਹਨ ਦੀ ਲੋੜ ਹੈ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹੈ ਭਾਸ਼ਾ ਦੀ ਸਤਿਕਾਰ ਕਰੋ ਇਹ ਊੜਾ ਏੜਾ ਨੂੰ ਸੰਭਾਲ ਕੇ ਰੱਖਣ ਦੇ ਲਈ ਇਸ ਲਈ ਮੈਂ ਸਰ ਤੇ ਰੱਖ ਕੇ ਘੁੰਮਦਾ ਹੈ ਜਿਹੜੇ ਵਿਆਹਾਂ ਦੇ ਕਾਰਡ ਸਾਡੇ ਪੰਜਾਬੀ ਉਹ ਅੰਗਰੇਜ਼ੀ ਵਿੱਚ ਕਾਰਡ ਛਪਾ ਕੇ ਤੇ ਬੜਾ ਫਖਰ ਮਹਿਸੂਸ ਕਰਦੇ ਆ ਤੇ ਪੰਜਾਬੀ ਨੂੰ ਛੱਡ ਕੇ ਤੇ ਇਹ ਉਹਨਾਂ ਨੂੰ ਕੋਈ ਸੁਨੇਹਾ ਦਿਓਗੇ ਤੁਸੀਂ ਆਪਣੇ ਜੀ ਬਿਲਕੁਲ ਦੇਖੋ ਪੰਜਾਬੀਅਤ ਨੂੰ ਜਿਉਂਦਰਾ ਰੱਖਣ ਲਈ ਪੰਜਾਬੀ ਲੋਕਾਂ ਨੂੰ ਵਿਆਹ ਦੀ ਜਿਹੜੀ ਕਾਰਡ ਹੈ ਉਹ ਵੀ ਪੰਜਾਬੀ ਚ ਲਿਖਣ ਦੀ ਲੋੜ ਹੈ ਨਾ ਸਿਰਫ ਵਿਆਹ ਦੀ ਕਾਰਡ ਹਰੇਕ ਸੱਦਾ ਪੱਤਰ ਪੰਜਾਬੀ ਚ ਲਿਖਣ ਦੀ ਲੋੜ ਹੈ ਤਾਂ ਕਿ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਹਮੇਸ਼ਾ ਲਈ ਜ਼ਿੰਦਾ ਰਹੇ ਮੈਂ ਕਰਨਾਟਕ ਦੀ ਇੱਕ ਉਦਾਹਰਣ ਦਿੰਦਾ ਹੈ ਉਹ ਲੋਕ ਬਹੁਤ ਬਹੁਤ ਗਰੂ ਨਾਲ ਲਿਖਦੇ ਨੇ ਉਹ ਸੱਦਾ ਪੱਤਰ ਪੰਜਾਬੀ ਵਿੱਚ ਕੰਨੜ ਵਿੱਚ ਪੰਜਾਬੀ ਲੋਕਾਂ ਨੂੰ ਮੈਂ ਬੇਨਤੀ ਕਰਦਾ ਹੈ ਤੁਸੀਂ ਗਰੂ ਨਾਲ ਪੰਜਾਬੀ ਚ ਲਿਖਣ ਦੀ ਮੈਂ ਬੇਨਤੀ ਕਰਦਾ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬੋਲੋ ਇਹ ਨੇ ਡਾਕਟਰ ਗੁਰਚਰਨ ਨੂਰਪੁਰ ਸਹਿ ਸਭਾ ਜੀਰਾ ਦੇ ਪ੍ਰਧਾਨ ਇੱਕ ਮਿੰਟ ਲਈ ਆਪਣੇ ਵਿਚਾਰ ਦੇਣਗੇ ਨਾਲ ਨਾਲ ਤੁਰੇ ਮਾਂ ਬੋਲੀ ਲਈ ਪੰਡਿਤ ਧਨੇਰਵਰ ਸਾਹਿਬ ਜਿਹੜਾ ਕੰਮ ਕਰ ਰਹੇ ਆ ਸਾਡਾ ਪੰਜਾਬੀਆਂ ਦਾ ਇਹ ਕੰਮ ਸੀ ਤੇ ਇਹ ਅੱਗੇ ਹੋ ਕੇ ਇੱਕ ਤਰ੍ਹਾਂ ਨਾਲ ਅਗਵਾਈ ਦੇ ਰਹੇ ਆ ਉਸ ਸਾਰੇ ਕੰਮ ਨੂੰ ਅਸੀਂ ਇਹਨਾਂ ਦੀ ਸੋਚ ਨੂੰ ਸਲਾਮ ਕਰਦੇ ਹਾਂ ਇਹਨਾਂ ਦੇ ਸਿਰੜ ਨੂੰ ਸਿਜਦਾ ਕਰਦੇ ਹਾਂ ਤੇ ਅਸੀਂ ਅੱਜ ਜੀਰਾ ਸ਼ਹਿਰ ਦੀ ਧਰਤੀ ਤੇ ਪਹੁੰਚਣ ਤੇ ਇਹਨਾਂ ਦਾ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਕਰਦੇ ਹਾਂ ਸਵਾਗਤ ਕਰਦੇ ਹਾਂ ਬਹੁਤ ਬਹੁਤ ਸ਼ੁਕਰੀਆ ਇਹਨਾਂ ਦੇ ਇਸੇ ਕਦਮ ਨੂੰ ਸਲਾਹੁੰਦੇ ਹੋਇਆ ਸਹਿ ਸਭਾ ਜੀਰਾ ਇਹਨਾਂ ਨੂੰ ਅੱਜ ਸਨਮਾਨਿਤ ਕਰ ਰਹੀ ਹੈ ਫਿਰ ਹਾਂਜੀ ਬਿਲਕੁਲ ਅਸੀਂ ਚਾਹੁੰਦੇ ਹਾਂ ਕਿ ਪੰਜਾਬੀਆਂ ਦਾ ਜਿੱਥੇ ਪੂਰੀ ਦੁਨੀਆਂ ਦੇ ਵਿੱਚ ਬੋਲਬਾਲਾ ਹੈ ਉੱਥੇ ਪੰਜਾਬੀ ਬੋਲੀ ਦਾ ਵੀ ਪੂਰੀ ਦੁਨੀਆਂ ਦੇ ਵਿੱਚ ਬੋਲਬਾਲਾ ਹੋਵੇ ਤੇ ਪੰਜਾਬੀ ਆਪਣੇ ਘਰਾਂ ਦੇ ਵਿੱਚ ਵੀ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦੇਣ ਸ਼ੁਕਰੀਆ ਜੀ ਬਹੁਤ ਬਹੁਤ ਅੰਕ ਪੈਦਾ ਹੋਇਆ ਗੱਦੇ ਤੋਂ ਦੋ ਦਾ ਅੰਕ ਪੈਦਾ ਹੋਇਆ ਸੱਤੇ ਤੋਂ ਤਿੰਨ ਦਾ ਅੰਕ ਪੈਦਾ ਹੋਇਆ